ਹਰਿਆਣਾ ਦੀ ਸਰਕਾਰ ਵਿੱਚ ਮੰਤਰੀ ਰਹੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਖਰਾਜ ਸਿੰਘ ਨੇ ਅੰਮ੍ਰਿਤਸਰ ਵਿਖੇ ਇੱਕ ਪੱਤਰਕਾਰ ਵਾਰਤਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬੀ ਭਾਸ਼ਾ ਵਿੱਚ ਬਹਿਸ ਕਰਨ ਦੀ ਮੰਗ ਕੀਤੀ ਹੈ। ਤਾਂ ਉੱਥੇ ਮੈਨੂੰ ਮਹਿਸੂਸ ਹੋਇਆ ਕਿ ਜਿਹੜੇ ਨਵੇਂ ਮੁੰਡਿਆਂ ਦਾ ਜਿਹਨਾਂ ਨੂੰ ਇੰਗਲਿਸ਼ ਹੀ ਨਹੀਂ ਆਉਂਦੀ ਉਹਨਾਂ ਵਿਚਾਰੇ ਆਪਣੇ ਆਪ ਨੂੰ ਵਿਅਕਤ ਨਹੀਂ ਕਰ ਸਕਦੇ ਗੇ ਅੰਗਰੇਜ਼ੀ 'ਚ, ਉਹਨਾਂ ਨੂੰ ਬਹੁਤ ਹੀ ਔਖਿਆਈ ਮਹਿਸੂਸ ਹੁੰਦੀ ਹੈ, ਉਹਨਾਂ ਦੇ ਕਈ ਵਾਰੀ ਹੱਕ 'ਚ ਆਉਣ ਵਾਲਾ ਕੇਸ ਵੀ ਖਿਲਾਫ਼ ਹੋ ਜਾਂਦਾ। ਇਸ ਕਰਕੇ ਇਹ ਮੇਰੇ ਮਨ 'ਚ ਆਈਡੀਆ ਆਇਆ ਵੀ ਇੱਥੇ ਵੀ ਹਿੰਦੀ ਪੰਜਾਬੀ 'ਚ ਹੋਣਾ ਚਾਹੀਦਾ, ਜਦੋਂ ਜਿਹਦਾ ਅਦਾਲਤਾਂ 'ਚ ਹਿੰਦੀ ਪੰਜਾਬੀ 'ਚ ਬਹਿਸ ਹੁੰਦੀ ਹੈ ਇੱਥੇ ਕਿਉਂ ਨਹੀਂ ਹੋ ਸਕਦੀ ਹਾਈਕੋਰਟ 'ਚ? ਅਸੀਂ ਚਾਹੁੰਦੇ ਹਾਂ ਕਿ ਹੁਣ ਹਾਈਕੋਰਟ 'ਚ ਵੀ ਹਿੰਦੀ ਪੰਜਾਬੀ 'ਚ ਬਹਿਸ ਹੋਵੇ ਔਰ ਹਿੰਦੀ ਪੰਜਾਬੀ 'ਚ ਹੀ ਅਸੀਂ ਪਟੀਸ਼ਨਾਂ ਦਾਇਰ ਕਰ ਸਕੀਏ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।